ਬਾਈ ਮੈਂ ਤੁਹਾਨੂੰ ਟੈਂਟ ਕਰਤਾ ਮੈਂ ਪਾਸੇ, ਹੁਣ ਦੇਖਿਓ ਵਿਊ ਕਿੰਨਾ ਘੈਂਟ ਆ। ਆਹ ਦੇਖੋ ਜੀ ਅਸਲੀ ਵਿਊ, ਉੱਧਰ ਵੀ ਕੈਂਪ ਬਣੇ ਹੋਏ ਇੱਦਾਂ ਹੀ ਰਹਿਣ ਵਾਸਤੇ। ਬਾਕੀ ਵਾਸ਼ਰੂਮ ਜਾਣਾ ਤਾਂ ਇੱਦਾਂ ਦੇ ਬਣੇ ਹੋਏ ਆ ਗਏ। ਇੱਧਰ ਉੱਪਰ ਸੇਬਾਂ ਦੇ ਦਰਖਤ ਵੀ ਨੇ, ਆਹ ਦੇਖੋ ਆਹ ਕੇਸਰ ਦੇ ਬੂਟੇ ਆ ਸਾਹਮਣੇ। ਲਓ ਜੀ ਆਹ ਵਾਲੀ ਟ੍ਰੈਕਿੰਗ ਹੈ, ਸੇਬਾਂ ਦੇ ਬੂਟੇ ਆ, ਜੇ ਕਿਸੇ ਨੂੰ ਭੁੱਖ ਲੱਗੀ ਆ ਤੋੜ ਕੇ ਖਾ ਵੀ ਸਕਦੇ ਹੋ। ਆਹ ਮੰਦਰ ਹੈ ਸਿਰ ਭਗਵਾਨ ਦਾ, ਉੱਥੇ ਖੀਰ ਦੀ ਗੰਗਾ ਵਹਿੰਦੀ ਸੀਗੀ, ਪੂਰਾ ਗਰਮ ਪਾਣੀ ਉਹਦੇ ਹੱਥ ਵੀ ਨਹੀਂ ਪੈਂਦਾ। ਲੱਕੜ ਦੇ ਬਣੇ ਹੋਏ ਨੇ, ਲੱਕੜ ਦੇ ਪੱਥਰ ਦੇ। ਇੱਥੇ ਫੈਸਿਲਿਟੀਜ਼ ਬਹੁਤ ਘੱਟ ਨੇ, ਨਾ ਤਾਂ ਉੱਪਰ ਬਾਈਕ ਆਉਂਦਾ ਨਾ ਕੋਈ ਕਾਰ ਆਉਂਦੀ ਆ, ਪੈਦਲ ਆਉਣਾ ਪੈਂਦਾ ਆ। ਕੋਈ ਵੀ ਸਮਾਨ ਲੈ ਕੇ ਆਉਣਾ ਤੁਸੀਂ ਪੈਦਲ ਲੈ ਕੇ ਆਓਗੇ ਤੇ ਉਹਦੀ ਕੀਮਤ ਡਬਲ ਹੋ ਜਾਂਦੀ ਹੈ ਇੱਥੇ ਆ ਕੇ, ਤੇ ਜਿੱਥੇ ਅਸੀਂ ਗਏ ਤੇ ਉੱਥੇ ਤਾਂ ਚਾਰ ਗੁਣਾ ਹੋ ਜਾਂਦੀ ਆ। ਬਾਕੀ ਇੱਦਾਂ ਲੋਕ ਬਾਲਣ ਦੇ ਤੌਰ ਤੇ ਲੱਕੜਾਂ ਸਟੋਰ ਕਰਕੇ ਰੱਖ ਲੈਂਦੇ ਆ। ਲਓ ਮਿੱਤਰ, ਮੇਰੇ ਨਾਲ ਹੈ ਨਹੀਂ ਸੀ ਕੋਈ ਸਾਥੀ, ਮੈਂ ਸੀਗਾ ਇਕੱਲਾ। ਆ ਇੱਕ ਆਪਣਾ ਡੌਗ ਮਿਲ ਗਿਆ ਆ, ਇਹੀ ਮੇਰਾ ਗਾਈਡ ਆ, ਹੁਣ ਮੈਨੂੰ ਲੈ ਕੇ ਜਾਊਗਾ ਨੀਚੇ ਤੱਕ। ਮੇਰੇ ਨਾਲ ਦੇ 11 ਬੰਦੇ ਪਰਲੀ ਲਾਈਨ 'ਚ ਆ ਰਹੇ ਨੇ, ਉਹ ਪਰਲੇ ਪਹਾੜ 'ਤੇ। ਪਹਿਲਾਂ ਮੈਂ ਜਾਂਦੇ ਹੋਏ ਉਹ ਰਸਤੋਂ ਦੀ ਗਿਆ ਸੀਗਾ, ਹੁਣ ਮੈਂ ਇੱਧਰ ਦੀ ਜਾ ਰਿਹਾ, ਉਹ ਲਾਸਟ 'ਤੇ ਜਾਣਾ। ਵੈਰੀ ਗੁੱਡ ਬਾਈ, ਪਹਿਲਾਂ ਆਇਆ ਸਾਰਿਆਂ ਤੋਂ ਸ਼ੇਰ ਬੱਗਾ ਮੇਰਾ। ਦੇਖ ਲਾ ਮੈਂ ਰੁਕਿਆ ਨਹੀਂ, ਮੈਂ ਤੁਹਾਨੂੰ ਕਹਿੰਦਾ ਆਇਆ ਵੀ ਭਾਈ ਆਪਾਂ ਲੀਰਾਂ ਖਿਲਾਰ ਦੇਣੀਆਂ ਨੇ, ਬਾਕੀ ਸੱਚੀ ਲੀਰਾਂ ਖਿਲਰ ਗਈਆਂ ਉਹਨਾਂ ਦੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਬਾਹ ਦੇ 8:25 ਹੋਏ ਆ, ਅਸੀਂ ਹੁਣ ਉੱਠੇ ਹਾਂ ਕਿਉਂਕਿ ਰਾਤ ਚੱਜ ਨਾਲ ਨੀਂਦ ਨਹੀਂ ਆਈ ਸੀ, ਹਵਾ ਬਹੁਤ ਚੱਲਦੀ ਰਹੀ, ਹਨੇਰੀ ਚੱਲਦੀ ਰਹੀ, ਟੈਂਟ ਆਵਾਜ਼ ਕਰਦੇ ਰਹੇ, ਅਤੇ ਹੁਣ 8:25 ਹੋ ਗਏ, ਹੁਣ ਅਸੀਂ ਉੱਠੇ ਹਾਂ। ਉੱਠਣ ਸਾਰ ਤੁਹਾਨੂੰ ਬਾਹਰ ਦਾ ਵਿਊ ਦਿਖਾਉਣਾ, ਟੈਂਟ ਤੋਂ ਬਾਹਰ ਕਿੱਦਾਂ ਦਾ ਵਿਊ ਹੈ ਜਿਹਦੇ ਲਈ ਆਏ ਸੀਗੇ ਦੇਖਣ, ਅਤੇ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਸ਼ੂਟ ਕਰਦੇ। ਲਓ ਜੀ ਮਿੱਤਰੋ, ਟੈਂਟ ਕਰਤਾ ਮੈਂ ਪਾਸੇ, ਹੁਣ ਦੇਖਿਓ ਵਿਊ ਕਿੰਨਾ ਘੈਂਟ ਆ। ਆਹ ਦੇਖੋ ਜੀ ਅਸਲੀ ਵਿਊ, ਇਹ ਆ ਬਰਫ਼ ਦੇ ਪਹਾੜ ਦੇ ਉੱਪਰ, ਬੜੇ ਉੱਚੇ ਆ ਇਹ। ਅਸੀਂ ਵੀ ਕਾਫ਼ੀ ਹਾਈਟ ਦੇ ਉੱਤੇ ਹਾਂ ਇਸ ਟਾਈਮ, ਪਰ ਪਹਾੜ ਹੋਰ ਵੀ ਉੱਚੇ ਆ, ਨਾਲ ਹਰੇ ਪਹਾੜ ਨੇ ਗ੍ਰੀਨ, ਇੱਦਾਂ ਹੀ ਬੈਕ ਸਾਈਡ 'ਤੇ ਆ। ਇੱਧਰ ਵੀ 3-4 ਡੈਂਟ ਨੇ, ਇੱਕ ਪਿੱਛੇ ਡੈਂਟ ਆ ਸਿੰਗਲ, ਅਤੇ ਇੱਦਾਂ ਹੀ ਉੱਪਰ ਹੋਰ ਕੈਂਪ ਬਣਾਏ ਹੋਏ ਨੇ ਲੋਕਾਂ ਨੇ ਟੈਂਟ ਵਾਸਤੇ। ਉਹ ਪਰਲੀ ਸਾਈਡ ਨੂੰ ਦੇਖ ਲਓ, ਉੱਧਰ ਵੀ ਕੈਂਪ ਬਣੇ ਹੋਏ ਨੇ ਇੱਦਾਂ ਹੀ ਰਹਿਣ ਵਾਸਤੇ ਟੈਂਟ ਵਾਲੇ। ਬਾਕੀ ਮੋਰਨਿੰਗ ਉੱਠਦੇ ਹਾਂ, ਚਾਹ ਪਾਣੀ ਇਹ ਦਿੰਦੇ ਆ ਤੁਹਾਨੂੰ, ਅਤੇ ਬ੍ਰੇਕਫਾਸਟ ਦੇ ਕੇ ਫਿਰ ਤੋਰਨਗੇ, ਅਤੇ ਬਾਕੀ ਵਾਸ਼ਰੂਮ ਜਾਣਾ ਤਾਂ ਇੱਦਾਂ ਦੇ ਬਣੇ ਹੋਏ ਆ ਗਏ। ਬਾਕੀ ਖੁੱਲ੍ਹਾ ਏਰੀਆ, ਤੁਸੀਂ ਆਪਣੀ ਮਰਜ਼ੀ ਨਾਲ ਵੀ ਜਾ ਸਕਦੇ, ਪਾਣੀ ਇੱਥੇ ਮਿਲਦਾ ਆ। ਇੱਧਰ ਵੀ ਦੇਖ ਲਓ, ਸਾਰਾ ਖਾਲੀ ਥਾਂ ਪਿਆ, ਇੱਧਰ ਕੋਈ ਟੈਂਟ ਨਹੀਂ ਲੱਗਿਆ ਹੋਇਆ, ਕੁਛ ਨਹੀਂ, ਤੁਹਾਨੂੰ ਉੱਪਰ ਚੜ੍ਹ ਕੇ ਵੀ ਦਿਖਾ ਦਿੰਦਾ। ਇੱਧਰ ਉੱਪਰ ਸੇਬਾਂ ਦੇ ਦਰਖਤ ਵੀ ਨੇ, ਉਹ ਵੀ ਦਿਖਾਉਂਦੇ ਹਾਂ। ਆਹ ਦੇਖੋ ਆਹ ਕੇਸਰ ਦੇ ਬੂਟੇ ਆ ਸਾਹਮਣੇ, ਉਹ ਪਿੱਛੇ ਸੇਬਾਂ ਦੇ ਦਰਖਤ ਨੇ। ਆਹ ਦੇਖ ਲਓ ਇੱਕ ਸੇਬਾਂ ਦਾ ਦਰਖਤ ਛੋਟਾ ਜਿਹਾ, ਪਰ ਹਲੇ ਲੱਗੇ ਨਹੀਂ ਹੈਗੇ, ਜਦੋਂ ਲੱਗ ਗਏ ਉਹ ਲੋਕਾਂ ਨੇ ਤੋੜ ਤੋੜ ਖਾ ਲੈਣੇ ਆ। ਉਹ ਉੱਪਰੋਂ ਬਰਫ਼ ਸਲਾਈਡ ਹੋਈ ਆ ਨੀਚੇ ਨੂੰ, ਉਹ ਵਾਈਟ ਜੀ ਜਿਹੜੀ ਇਹ ਵਾਲੀ ਉੱਪਰ ਤੋਂ ਹੁੰਦੀ ਰਹਿੰਦੀ ਆ। ਪਰ ਰਾਤ ਵੀ ਇੱਥੇ ਸਨੋਫਾਲ ਹੋਇਆ ਸੀਗਾ ਜਦੋਂ ਮੀਂਹ ਪਿਆ ਗਾ, ਮੀਂਹ ਦੇ ਨਾਲ ਥੋੜ੍ਹੀ ਥੋੜ੍ਹੀ ਬਰਫ਼ ਡਿੱਗੀ ਸੀ, ਉਹ ਕੱਲ੍ਹ ਵਾਲੇ ਬਲੌਗ ਦੇ ਵਿੱਚ ਉਹਨਾਂ ਨੇ ਪਾ ਦਿੱਤੀ ਆ, ਤੁਸੀਂ ਚੈੱਕ ਕਰ ਸਕਦੇ ਹੋ। ਇੱਕ ਚੀਜ਼ ਦਾ ਹੋਰ ਧਿਆਨ ਰੱਖਿਆ, ਜਦੋਂ ਵੀ ਤੁਸੀਂ ਘੁੰਮਣ ਆਉਣਾ ਤਾਂ ਢੀਠ ਬਣ ਕੇ ਆਓ ਮਨ ਦੇ ਵਿੱਚ, ਇਹ ਨਾ ਸੋਚਿਆ ਕਰੋ ਵੀ ਸਾਨੂੰ ਜਾਂਦਿਆਂ ਨੂੰ ਹਰ ਇੱਕ ਚੀਜ਼ ਤਿਆਰ ਮਿਲੂਗੀ, ਵਧੀਆ ਮਿਲੂਗੀ, ਹੈ ਨਾ। ਨਹੀਂ ਆਪਾਂ ਇੱਕ ਐਡਵੈਂਚਰ ਕਰਨ ਆਏ ਹਾਂ, ਸ਼ਾਇਦ ਤੁਹਾਨੂੰ ਸੌਣ ਨੂੰ ਵੀ ਚੱਜ ਨਾਲ ਨਾ ਮਿਲੇ, ਜਾਂ ਤੁਹਾਡਾ ਫੂਡ ਵੀ ਤੁਹਾਨੂੰ ਵਧੀਆ ਨਾ ਮਿਲੇ, ਤੁਹਾਡੀ ਚੋਇਸ ਦਾ, ਹੈ ਨਾ। ਉਹ ਚੀਜ਼ ਆਪਾਂ ਐਕਸਪੈਕਟ ਕਰਕੇ ਆਉਂਦੇ ਹਾਂ, ਪਰ ਉਹ ਐਕਸਪੈਕਟ ਨਾ ਕਰੋ, ਠੀਕ ਆ। ਇੱਕ ਐਡਵੈਂਚਰ ਕਰਨ ਜਿੱਦਾਂ ਜੰਗਲ ਦਾ ਮਾਹੌਲ ਆ, ਉਹੀ ਚੀਜ਼ ਆ, ਬਸ ਨੋਰਮਲ ਲੋਕ ਆਉਂਦੇ ਆ ਇੱਥੇ, ਟੈਂਟਾਂ 'ਚ ਰਹਿੰਦੇ ਆ, ਖਾ ਪੀ ਕੇ ਸਵੇਰ ਨੂੰ ਚੱਲ ਜਾਂਦੇ ਆ, ਉਹੀ ਸੀਨ ਆ। ਅਤੇ ਬਹੁਤੀ ਆਪਾਂ ਮਨ ਦੀ ਇੱਛਾ ਪੂਰੀ ਨਹੀਂ ਕਰ ਸਕਦੇ ਵੀ ਵਧੀਆ ਚੀਜ਼ ਮਿਲੇ ਆਪਾਂ ਨੂੰ, ਪਰ ਜੋ ਮਿਲਦਾ ਉਹਦੇ ਨਾਲ ਗੁਜ਼ਾਰਾ ਕਰੋ ਅਤੇ ਉਹਦਾ ਇੰਜੋਏ ਕਰੋ, ਅਤੇ ਤੁਸੀਂ ਜਾ ਸਕਦੇ ਉਸ ਤੋਂ ਬਾਅਦ।
ਜਿਹੜਾ ਬ੍ਰੇਕਫਾਸਟ ਮਿਲਦਾ ਮੈਨੂੰ ਨਾ ਕੁਝ ਪੂਰੀਆਂ ਛੋਲੇ ਮਿਲਦੇ ਆ ਖਾਓ ਜਿੰਨੇ ਮਰਜ਼ੀ ਪਰ ਤੇਲ ਤੂਲ ਕਾਫੀ ਜ਼ਿਆਦਾ ਹੁੰਦਾ ਤਾਂ ਘੱਟ ਹੀ ਖਾਇਓ ਮੁੜ ਕੇ ਪੇਟ ਖਰਾਬ ਵੀ ਹੋ ਸਕਦਾ ਲਓ ਮਿੱਤਰੋ ਜਿਹੜੀ ਮੈਂ ਨੀਚੋਂ ਬਰਫ਼ ਦਿਖਾਈ ਸੀਗੀ ਉਹਦੇ ਉੱਪਰ ਆ ਗਏ ਅਸੀਂ ਇਸ ਟਾਈਮ ਅਸੀਂ ਇੱਥੇ ਫੋਟੋਗ੍ਰਾਫੀ ਕਰ ਲਈ ਆਪਦੀ ਬਰਫ਼ ਮੇਰੇ ਪਿੱਛੇ ਦੇਖ ਸਕਦੇ ਉਹ ਉੱਪਰੋਂ ਤੱਕ ਚੜਿਆ ਜਾਂਦਾ ਨਹੀਂ ਅਤੇ ਸਲਿੱਪ ਮਾਰਦੇ ਆ ਪੈਰ ਬਾਕੀ ਬਰਫ਼ ਇੰਨੀ ਜ਼ਿਆਦਾ ਸਾਫ਼ ਨਹੀਂ ਹੈਗੀ ਅਤੇ ਘਾਹ ਫੂਸ ਮਿੱਟੀ ਪੈਂਦੇ ਆ ਕੋਨੇ ਚੜ੍ਹਦੇ ਆ ਅਤੇ ਬੰਦਾ ਚੜ੍ਹਦਾ ਫਿਰ ਸਲਿੱਪ ਹੁੰਦੀ ਆ ਵੈਸੇ ਉੱਦਾਂ ਠੀਕ ਆ ਬਰਫ਼ ਦੇਖ ਲੈਂਦਾ ਬੰਦਾ ਆ ਕੇ ਟਰੈਕਿੰਗ ਦੇ ਉੱਪਰ ਆ ਕੇ ਠੀਕ ਆ ਉਰੇ ਤੱਕ ਆਉਣਾ ਸਹੀ ਰਿਹਾ ਸਾਡਾ ਵਧੀਆ ਬਾਕੀ ਆ ਸੇਬਾਂ ਦੇ ਬੂਟੇ ਆ ਸੇਬਾਂ ਦੇ ਬੂਟੇ ਦਿਖਾ ਦੇ ਆਹ ਸੇਬ ਦੇ ਬੂਟੇ ਹੀ ਦੇਖ ਲਓ ਇਹਦੇ ਪਰ ਆਹ ਫੁੱਲ ਲੱਗੇ ਹੋਏ ਆ ਹੌਲੀ ਹੌਲੀ ਸੇਬ ਵੜਨਗੇ ਅਤੇ ਪੱਕਣਗੇ ਫਿਰ ਤੁਸੀਂ ਖਾਣਾ ਆ ਜਾਓ ਉਹਨੂੰ ਠੰਡ ਪੈ ਜਾਣੀ ਨਾਲੇ ਹੁਣ ਆਪਾਂ ਨੀਚੇ ਜਾ ਰਹੇ ਉਹ ਸਾਡਾ ਕੈਂਪ ਆ ਨੀਚੇ ਇੱਥੋਂ ਅਸੀਂ ਟਰੈਕਿੰਗ ਥੋੜ੍ਹੀ ਹੋਰ ਅਸੀਂ ਮੰਦਰ ਜਾਣਾ ਇੱਥੇ ਬਣਿਆ ਹੋਇਆ ਛੋਟਾ ਜਿਹਾ ਥੋੜ੍ਹਾ ਰਸਤਾ ਔਖਾ ਹੈਗਾ ਪਰ ਜਾਵਾਂਗੇ ਸ਼ੋਰਟਕੱਟ ਹੈ ਉਹ ਪਰਲੇ ਪਾਸੇ ਜਾਣਾ ਉਹ ਤਾਂ ਸਾਡੇ ਬੰਦੇ ਗਏ ਆ ਉਹ ਤਾਂ ਜਾ ਰਹੇ ਨੇ ਉੱਥੇ ਮੰਦਰ ਉੱਥੇ ਗਰਮ ਪਾਣੀ ਆਉਂਦਾ ਉੱਥੇ ਜਾਣਾ ਦਿਖਾਉਂਦੇ ਹਾਂ ਤੁਹਾਨੂੰ ਲਓ ਜੀ ਮਿੱਤਰੋ ਅੱਧਾ ਰਸਤਾ ਘੱਟ ਗਿਆ ਦਿੱਧਿਆਂ ਨਾਲ ਸ਼ੋਰਟਕੱਟ ਨਾਲ ਉਹ ਬਰਫ਼ ਤੋਂਆਏਗੇ ਉਹ ਸਾਡੇ ਕੈਂਪ ਨੇ ਆਹ ਮੰਦਰ ਜੀ ਸਿਰ ਭਗਵਾਨ ਦਾ ਕੋਈ ਰੀਜ਼ਨ ਸੀਗੇ ਇਹਨਾਂ ਦੇ ਅਤੇ ਹੁਣ ਇੱਥੇ ਆਏਗੇ ਹੁਣ ਦਿਖਾਉਣਾ ਉਰੇ ਗਰਮ ਪਾਣੀ ਨਿਕਲਦਾ ਲੋਕ ਨਹਾਉਂਦੇ ਉਰੇ ਸਰੋਵਰ ਬਣਿਆ ਹੋਇਆ ਹੁਣ ਆ ਗਿਆ ਜੀ ਮੰਦਰ ਜੁੱਤੇ ਕੱਢ ਕੇ ਜਾਣਾ ਪੈਣਾ ਮੱਥਾ ਟੇਕ ਕੇ ਵਾਪਸ ਆਉਂਦੇ ਹਾਂ ਫਿਰ ਜੁੱਤੇ ਪਾਉਂਦੇ ਹਾਂ ਥੱਲੇ ਬਣਿਆ ਸਰੋਵਰ ਉਹ ਨੀਚੇ ਆ ਦਿਖਾਉਂਦੇ ਹਾਂ ਸ਼ੋਰਟਕੱਟ ਆਏ ਸੀਗੇ ਤਾਂ ਕਰਕੇ ਸਾਡੀ ਵੀਡੀਓ 'ਚ ਕਵਰ ਨਹੀਂ ਹੋਇਆ ਜਾਂਦੇ ਹੋਏ ਕਵਰ ਕਰਾਂਗੇ ਹੁਣ ਸਾਹਿਬ ਦਾ ਉੱਪਰ ਵਾਈਟ ਪਾਣੀ ਆ ਨਾ ਜਮਾਂ ਲਓ ਜੀ ਆਹ ਖੀਰ ਗੰਗਾ ਦਾ ਪਾਣੀ ਆ ਚਿੱਟਾ ਆ ਜਾਵੇ ਵਾਈਟ ਇੱਥੋਂ ਖੀਰ ਦੀ ਗੰਗਾ ਬਣਦੀ ਸੀਗੀ ਆਪਣੇ ਆਪ ਖੀਰ ਬਣਦੀ ਸੀਗੀ ਸੋਚ ਨਿਕਲਦਾ ਪਾਣੀ ਵਾਈਟ ਪਾਣੀ ਆ ਬਿਲਕੁਲ ਚਿੱਟਾ ਪੂਰਾ ਗਰਮ ਪਾਣੀ ਆ ਹੱਥ ਵੀ ਨਹੀਂ ਪੈਂਦਾ ਹੱਥ ਵੀ ਨਹੀਂ ਪੈਂਦਾ ਇੰਨਾ ਗਰਮ ਪਾਣੀ ਆ ਹੁਣ ਜੀ ਮੰਦਰ ਜਾਏਗੀ ਅਤੇ ਅੰਦਰ ਜਾ ਕੇ ਦੇਖਿਆ ਵਾਈਟ ਪਾਣੀ ਸੀ ਪਿਓਰ ਇੱਥੋਂ ਪਹਿਲਾਂ ਖੀਰ ਦੀ ਗੰਗਾ ਵਹਿੰਦੀ ਹੁੰਦੀ ਸੀਗੀ ਕੁਝ ਕਾਰਨਾਂ ਕਰਕੇ ਇਹ ਬੰਦ ਵੀ ਕਰ ਦਿੱਤਾ ਪਿੱਛੇ ਜੀ ਜਿਹੜਾ ਪਾਣੀ ਆ ਬਹੁਤ ਗਰਮ ਆ ਫਰੈਕਸ਼ਨ ਆਫ ਸੈਕਿੰਡ ਲਈ ਇਹਦੇ 'ਚ ਹੱਥ ਪਾ ਸਕਦੇ ਹੋ ਐਂ ਦਿੱਤਾ ਜਿੱਦਾਂ ਆਪਾਂ ਚਾਹ ਪੀਂਦੇ ਨਾ ਚਾਹ ਤੋਂ ਵੀ ਜ਼ਿਆਦਾ ਗਰਮ ਹੈਗਾ ਬਹੁਤ ਜ਼ਿਆਦਾ ਗਰਮ ਪਾਣੀ ਹੁਣ ਇਹ ਥੱਲੇ ਜਾਂਦਾ ਥੱਲੇ ਉਹਨੇ ਨਹਾਉਣ ਵਾਸਤੇ ਸਰੋਵਰ ਹੈ ਉੱਥੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਉੱਪਰ ਆਉਣਾ ਹੁੰਦਾ ਅਸੀਂ ਸ਼ੋਰਟਕੱਟ ਆਏ ਸੀਗੇ ਇੱਧਰ ਦੀ ਤਾਂ ਕਿਉਂ ਕਵਰ ਨਹੀਂ ਹੁਣ ਜਾਂਦੇ ਹੋਏ ਕਵਰ ਕਰਾਂਗੇ ਚੱਲੀਏ ਬਾਈ ਚਲੋ ਜਾ ਕੇ ਲੜਾਈ ਹਾਂ ਖੀਰ ਕਰਕੇ ਲੜਾਈ ਹੋ ਗਈ ਉਸ ਕਰਕੇ ਤੁਸੀਂ ਇਹਨੂੰ ਪਾਣੀ 'ਚੋਂ ਕਰ ਦਿਓ ਅਤੇ ਹਲੇ ਵੀ ਦੇਖੂਗਾ ਨਾ ਅਤੇ ਪਾਣੀ 'ਚੋਂ ਕੀ ਕਹਿੰਦੇ ਨੇ ਖੀਰ ਦੇ ਕਲਰ ਦਾ ਪਾਣੀ ਨਿਕਲਦਾ ਹਾਂ ਵਾਈਟ ਆਇਆ ਸੀ ਪੂਰਾ ਮੈਂ ਦੇਖਿਆ ਅੱਗੇ ਵੀ ਦੇਖੋਗੇ ਨਾ ਟਰੈਕਿੰਗ ਕਰਦੇ ਹੋਏ ਵੀ ਨਿਕਲਦਾ ਖੀਰ ਦੇ ਕਲਰ ਦਾ ਨਹੀਂ ਦੁੱਧ ਦੇ ਕਲਰ ਦਾ ਉਸੇ ਇਹ ਲਿਖਿਆ ਖੀਰ ਦੀ ਮਲਾਈ ਵਾਈਟ ਵਾਈਟ ਕਲਰ ਦਾ ਦੁੱਧ ਦੀ ਮਲਾਈ ਠੀਕ ਹੈ ਉਹ ਇਹ ਥੋੜ੍ਹਾ ਨਾ ਅੱਗੇ ਆ ਜਾਏ 1 ਕਿਲੋਮੀਟਰ ਲਿਖਿਆ ਉੱਥੇ 1 ਕਿਲੋਮੀਟਰ ਅਬਵ ਆ ਸਾਹਮਣੇ ਮੰਦਰ ਦੇਖੋ ਉੱਪਰ ਆ ਰਹੀ ਹੁਣ ਇੱਥੇ ਮੁੜ ਜਾ ਓਏ ਆ ਜਾ ਲੈ ਵੀ ਪਹੁੰਚ ਗਿਆ ਚੋਪਰ ਸਾਰੇ ਆਹ ਗੁਫਾ ਜੀ ਇਤਿਹਾਸਿਕ ਗੁਫਾ ਬਹੁਤ ਪੁਰਾਣੀ ਹੈ ਫਿਲਹਾਲ ਇਹ ਬਾਕੀ ਬੰਦ ਕਰ ਚੁੱਕਿਆ ਪਰ ਫਿਰ ਵੀ ਰਸਤਾ ਛੱਡਿਆ ਹੋਇਆ ਜਾਣ ਨੂੰ ਅੰਦਰ
ਦੇਖਦੇ ਅੰਦਰ ਕੀ ਹੈ ਜਾ ਕੇ ਪਤਾ ਲੂਗਾ। ਚਲੋ ਬਣ ਕੇ ਦੇਖੋ ਗੁਫਾ ਚ, ਇੱਥੇ ਨਹੀਂ ਹੈਗੀ, ਨਿੱਘਾ ਅੰਦਰ ਛੇਕ ਮਾਰਦਾ। ਅੰਦਰ ਹੈਗੀ ਗੁਫਾ ਹੋਰ? ਇਹ ਆ ਬੰਦ ਕਰਤੀ ਆ। ਆ ਦਿਖਾ ਦੇ ਜਾ ਕੇ ਮੜਾ, ਤੇਰੇ ਪੈਰ ਘੱਟ ਨੇ, ਦੱਸ ਦੀ ਬੋਲ ਕੇ। ਹਾਂ ਬੋਲ ਕੇ ਦੱਸ ਦੀ ਗੁਫਾ ਅੰਦਰ ਬੰਦ ਕਰਤੀ। ਅੰਦਰ ਚੱਲ ਜਾ ਤੇ ਵੀਰੋ, ਉੱਪਰ ਪੈਰ ਨੰਗੇ। ਆ ਰਹੀ ਗੁਫਾ, ਉੱਪਰ ਦਿਖਾ ਮੇਨ ਆ ਤੇ ਮੇਨ ਗੁਫਾ ਇਹ ਨਾਲ ਪਿੱਛੇ ਸੀਗੀ ਜਿਹੜੀ ਹੁਣ ਬੰਦ ਕਰ ਦਿੱਤੀ ਗਈ ਹੈ। ਤੇ ਬਸ ਕਿਹੜੇ ਭਗਵਾਨ ਸਾਹਮਣੇ ਉਹ ਵੀ ਸਾਨੂੰ ਗੁਫਾ ਦੇ ਦਰਸ਼ਨ ਕਰਾਤੇ ਆ। ਅੰਦਰ ਜਾਣਾ ਤਾਂ ਚੀਜ਼ਾਂ ਧਿਆਨ ਰੱਖਣਾ ਪੈਣਾ। ਲਓ ਵੀ ਹੁਣ ਟਰੈਕਿੰਗ ਦਾ ਹੋ ਗਿਆ ਸੀ ਸਟਾਰਟ ਉਤਰਨਾ, ਮੇਰਾ ਹੋ ਗਿਆ ਸੀ ਫੋਨ ਬੰਦ ਤਾਂ ਕਰਕੇ ਮੈਂ ਕੋਈ ਅਪਡੇਟ ਨਹੀਂ ਦੇ ਸਕਿਆ। ਇਹ ਰਸਤੇ 'ਚ ਇੱਕ ਪਿੰਡ ਪੈਂਦਾ ਸੀ ਨੱਥਨ, ਮੈਂ ਇੱਥੋਂ ਫੋਨ ਚਾਰਜ ਕੀਤਾ ਅਤੇ ਹੁਣ ਮੈਂ ਫਿਰ ਤੋਂ ਵਲੋਗ ਬਣਾਵਾਂਗਾ। ਇੱਕ ਗੱਲ ਹੋਰ, ਮੈਂ ਰਹਿ ਗਿਆ ਇਕੱਲਾ, ਮੇਰੇ ਨਾਲ ਦੇ ਪਰਲੇ ਪਾਸੋਂ ਦੀ ਹੋ ਗਈ, ਮੈਂ ਇਧਰਲੇ ਪਾਸੋਂ ਦੀ ਆਇਆ ਹੈਗਾ। ਮੈਂ ਕਿਉਂਕਿ ਪਿੰਡ ਦੇਖਣਾ ਸੀਗਾ ਤਾਂ ਕਰਕੇ ਇੱਧਰੋਂ ਫੋਨ ਵੀ ਚਾਰਜ ਕਰਨਾ ਸੀ, ਅਤੇ ਉਹ ਸਾਰੇ ਸਾਰੇ ਉਧਰਲੇ ਪਾਸੋਂ ਚਲ ਗਏ। ਅਤੇ ਹੁਣ ਬਾਕੀ ਅੱਗੇ ਦਾ ਰਸਤਾ ਤੁਹਾਨੂੰ ਦਿਖਾਉਣਾਗਾ। ਉਰੇ ਨੈਟਵਰਕ ਹੈਗਾ ਆ, ਬਾਕੀ ਪਿੰਡ ਬਹੁਤ ਸੋਹਣਾ ਆ, ਓਲਡ ਟਾਈਪ ਆ, ਜਿੱਦਾਂ ਲੱਕੜ ਦੇ ਘਰ, ਸਾਰੇ ਪੁਰਾਣੇ ਜ਼ਮਾਨੇ ਦੇ ਘਰ ਨੇ, ਜਿੱਦਾਂ ਲੱਕੜ ਦੇ ਹੁੰਦੇ ਆ, ਲੱਕੜ ਦੇ ਬਣੇ ਹੋਏ ਨੇ, ਲੱਕੜ ਦੇ ਪੱਥਰ ਦੇ, ਸੀਮੈਂਟ ਦਾ ਘਰ ਕੋਈ ਵੀ ਨਹੀਂ ਮਿਲਦਾ ਹੈਗਾ, ਸਾਰੇ ਪੱਥਰ ਦੇ ਆ, ਲੱਕੜ ਦੇ ਆ ਟੋਟਲੀ। ਬਾਕੀ ਉਰੇ ਤੁਹਾਨੂੰ ਲੈ ਕੇ ਚੱਲਦੇ, ਬਾਕੀ ਉਤਰਦੇ ਹਾਂ, ਦੇਖਦੇ ਅੱਗੇ ਦਾ ਟਰੈਕ। ਰਸਤਾ ਕੌਣ ਸਾ ਜਾਏਗਾ ਜੀ? ਇਹ ਆ ਪਿੰਡ, ਪਿੰਡਾਂ ਦਾ ਨਾਮ ਆ ਨੱਥਨ, ਸਾਰਾ ਹੀ ਪੁਰਾਣਾ ਪਿੰਡ, ਪੁਰਾਣੀਆਂ ਚੀਜ਼ਾਂ ਪਈਆਂ ਹੋਈਆਂ ਨੇ ਉਰੇ। ਮੈਂ ਰਹਿ ਗਿਆ ਇਕੱਲਾ, ਸੋਲੋ ਟਰੈਕਿੰਗ ਹੋ ਗਈ ਸਟਾਰਟ। ਬਸ ਇੱਦਾਂ ਹੀ ਲੋਕ ਵਿਚਾਰੇ ਰਹਿ ਰਹੇ ਨੇ, ਇੱਥੇ ਫੈਸਿਲਿਟੀਜ਼ ਬਹੁਤ ਘੱਟ ਨੇ, ਨਾ ਤਾਂ ਉੱਪਰ ਬਾਈਕ ਆਉਂਦਾ, ਨਾ ਕੋਈ ਕਾਰ ਆਉਂਦੀ ਆ, ਪੈਦਲ ਆਉਣਾ ਪੈਂਦਾ ਆ। ਕੋਈ ਵੀ ਸਮਾਨ ਲੈ ਕੇ ਆਉਣਾ ਤੁਸੀਂ ਪੈਦਲ ਲੈ ਕੇ ਆਉਂਗੇ ਅਤੇ ਉਹਦੀ ਕੀਮਤ ਡਬਲ ਹੋ ਜਾਂਦੀ ਹੈ ਇੱਥੇ ਆ ਕੇ, ਅਤੇ ਜਿੱਥੇ ਅਸੀਂ ਗਏ ਤਾਂ ਉੱਥੇ ਤਾਂ ਚਾਰ ਗੁਣਾ ਹੋ ਜਾਂਦੀ ਹੈ। ਮਾਤਾ ਜੀ ਰਸਤਾ ਜਾਈਏ, ਥੈਂਕ ਯੂ। ਬਾਕੀ ਇੱਦਾਂ ਲੋਕ ਬਾਲਣ ਦੇ ਤੌਰ 'ਤੇ ਲੱਕੜਾਂ ਸਟੋਰ ਕਰਕੇ ਰੱਖ ਲੈਂਦੇ ਆ। ਲਓ ਮਿੱਤਰ, ਮੇਰੇ ਨਾਲ ਹੈ ਨਹੀਂ ਸੀ ਕੋਈ ਸਾਥੀ, ਮੈਂ ਸੀਗਾ ਇਕੱਲਾ, ਆ ਇੱਕ ਆਪਾਂ ਨੂੰ ਡੋਗ ਮਿਲ ਗਿਆ ਆ, ਇਹੀ ਮੇਰਾ ਗਾਈਡ ਆ, ਹੁਣ ਉਹਨੂੰ ਲੈ ਕੇ ਜਾਊਗਾ ਨੀਚੇ ਤੱਕ। ਬਾਕੀ ਜਿਹੜਾ ਰਸਤਾ ਉਹ ਇੱਦਾਂ ਦਾ ਹੀ ਆ, ਖਰਾਬ ਖਰਾਬ, ਪੈਰ ਜਿਹੜਾ ਬੋਝ ਕੇ ਧਰਨਾ ਪੈਂਦਾ, ਤਿੰਨ ਵਾਰ ਮੇਰਾ ਪੈਰ ਮੁੜ ਗਿਆ, ਪਰ ਸ਼ੁਕਰ ਹੈ ਕਿ ਜ਼ਿਆਦਾ ਨਹੀਂ ਮੁੜਿਆ। ਇਸ ਲਈ ਆਪਦਾ ਧਿਆਨ ਨਾਲ ਚੱਲੋ ਜਿੰਨਾ ਹੋ ਸਕਦਾ, ਸਪੀਡ ਜ਼ਰੂਰ ਬਣ ਜਾਂਦੀ ਹੈ ਕਿਉਂਕਿ ਰੋਡ ਹੈ, ਉਤਰਨਾ ਬਹੁਤ ਜ਼ਿਆਦਾ ਸੌਖਾ ਆ। ਇੱਕ ਚੀਜ਼ ਦਾ ਧਿਆਨ ਰੱਖਿਓ, ਗ੍ਰਿਪ ਜਿਹੜੇ ਤੁਹਾਡੇ ਪੈਰਾਂ ਦੇ ਆ ਉਹ ਵਧੀਆ ਹੋਣ, ਲਾਈਕ ਬੂਟ ਵਧੀਆ ਹੋਣੇ ਚਾਹੀਦੇ ਆ। ਰਸਤੇ ਇੱਦਾਂ ਨਹੀਂ ਮਿਲਣਗੇ ਓਵਰਆਲ, ਇਹ ਤਾਂ ਬਹੁਤ ਵਧੀਆ ਨੇ, ਪਰ ਜਿਹੜੇ ਮੈਂ ਲਾਸਟ 'ਤੇ ਕਵਰ ਕਰਕੇ ਆਇਆ ਉਹ ਬਹੁਤ ਜ਼ਿਆਦਾ ਖਰਾਬ ਸੀਗੇ, ਅਤੇ ਉੱਥੇ ਤੁਰਨਾ ਵੀ ਬਹੁਤ ਔਖਾ ਸੀ। ਹੁਣ ਲਗਭਗ ਮੈਨੂੰ ਡੇਢ ਘੰਟਾ ਹੋ ਗਿਆ ਉਤਰਦੇ ਨੂੰ, ਅਤੇ ਹਾਲੇ ਇੱਥੋਂ 3 ਕਿਲੋਮੀਟਰ ਕਹਿੰਦੇ ਆ ਵੀ ਰਹਿ ਗਿਆ ਰਸਤਾ, ਪਰ ਮੈਂ ਕਵਰ ਕਰੂੰਗਾ। ਟੋਟਲ 12 ਸੀਗਾ, 9 ਕਿਲੋਮੀਟਰ ਮੈਂ ਡੇਢ ਘੰਟੇ 'ਚ ਕਵਰ ਕਰ ਲਿਆ, ਆਹ ਲਾਸਟ ਵਾਲਾ ਅੱਧਾ ਘੰਟਾ ਦੇ ਵਿੱਚ ਮੈਂ 3 ਕਿਲੋਮੀਟਰ ਕਵਰ ਕਰਨਾ, ਟਾਰਗੇਟ ਇਹੀ ਆ ਵੀ 2 ਘੰਟੇ 'ਚ ਆਪਾਂ ਨੀਚੇ ਉਤਰਨਾ। ਪਰ ਥੋੜ੍ਹਾ ਰਸਤੇ 'ਚ ਹੀ ਪਜ਼ਲਿੰਗ ਹੋ ਰਹੀ ਸੀਗੀ ਤਾਂ ਕਰਕੇ ਔਖਾ ਸੀਗਾ,
ਬਾਕੀ ਨੀਚੇ ਉਤਰਨਾ ਸੌਖਾ ਹੀ ਆ, ਕੋਈ ਇੰਨਾ ਜ਼ਿਆਦਾ ਜ਼ੋਰ ਨਹੀਂ ਲੱਗਦਾ, ਨਾ ਹੀ ਜ਼ਿਆਦਾ ਸਾਹ ਚੜ੍ਹਦਾ। ਚੜ੍ਹਨ ਵੇਲੇ ਬਾਹਲਾ ਸਾਹ ਚੜ੍ਹਦਾ ਸੀਗਾ, ਬੋਲਿਆ ਵੀ ਨਹੀਂ ਜਾਂਦਾ ਸੀ। ਰਸਤਾ ਤੁਸੀਂ ਦੇਖ ਲਓ ਆਪ। ਨੀਚੇ ਉਤਰਦੇ ਨੂੰ ਮੈਨੂੰ ਪੂਰੇ ਇੱਕ ਘੰਟਾ 40 ਮਿੰਟ ਹੋ ਚੁੱਕੇ ਆ, ਪਰ ਮੈਂ ਬਰਕਰਾਰ ਚੱਲੀ ਜਾ ਰਿਹਾ ਹੈਗਾ। ਲਾਸਟ 'ਤੇ ਮੇਰਾ ਉੱਪਰ ਫੋਨ ਬੰਦ ਸੀਗਾ, ਤਾਂ ਕਰਕੇ ਮੈਂ ਉਹ ਸਾਰੀਆਂ ਕਵਰ ਨਹੀਂ ਕਰ ਸਕਿਆ। ਉੱਥੇ ਬਾਹਲੀ ਘੈਂਟ ਲੋਕੇਸ਼ਨਾਂ ਸੀਗੀਆਂ, ਉਹ ਮਿਸ ਹੋ ਗਈਆਂ ਮੇਰੇ ਤੋਂ। ਸਿਰਫ ਮੇਰੇ ਫੋਨ ਦੀ ਬੈਟਰੀ ਆਫ ਸੀ, ਬੈਟਰੀ ਆਫ ਤਾਂ ਸੀ ਕਿਉਂਕਿ ਕੈਂਪ ਦੇ ਵਿੱਚ ਸਾਨੂੰ ਇਲੈਕਟ੍ਰੀਸਿਟੀ ਨਹੀਂ ਦਿੱਤੀ ਗਈ। ਬਾਕੀ ਉਹਦੀ ਨੈਟਵਰਕ ਪ੍ਰੋਬਲਮ ਵੀ ਰਹਿੰਦੀ ਹੈ, ਇਹ ਵੀ ਬੜਾ ਇੱਕ ਇਸ਼ੂ ਹੈ। ਬਾਕੀ ਫੋਲੋ ਨਜ਼ਾਰੇ ਆ, ਇੰਜੋਏ ਕਰ ਰਿਹਾ। ਸੋਲੋ ਟਰੈਕਿੰਗ ਹੀ ਰਹਿ ਗਈ ਹੁਣ ਤਾਂ ਮੇਰੀ, ਕਿਉਂਕਿ ਮੈਂ ਇਕੱਲੇ ਹੀ ਰਹਿ ਗਿਆ। ਮੇਰੇ ਨਾਲ ਦੇ 11 ਬੰਦੇ ਪਰਲੀ ਲਾਈਨ 'ਚ ਆ ਰਹੇ ਨੇ, ਉਹ ਪਰਲੇ ਪਹਾੜ 'ਤੇ। ਮੈਂ ਗਲਤੀ ਨਾਲ ਇੱਧਰ ਆ ਗਿਆ ਸੀ, ਕਿਉਂਕਿ ਮੈਂ ਉਹਨਾਂ ਤੋਂ ਅੱਗੇ ਸੀਗਾ। ਹੁਣ ਮੇਰੇ ਗਾਈਡ ਹੈ ਨਹੀਂ, ਗਾਈਡ ਸਿਰਫ ਮੇਰਾ ਇੱਕ ਡੋਗ ਹੈ, ਉਹ ਹੀ ਲੈ ਕੇ ਜਾ ਰਿਹਾ ਸਾਹਮਣੇ। ਦੇਖੋ, ਚੱਲ ਚੱਲੀਏ, ਆ ਜਾ। ਇਹਨੂੰ ਮੈਂ ਸਿਰਫ 2 ਬਿਸਕਟ ਪਾਏ, ਇੰਨੇ 'ਚ ਮੇਰਾ ਇਹ ਫਰੈਂਡ ਬਣ ਗਿਆ, ਕਹਿੰਦਾ ਹੁਣ ਨੀਚੇ ਤੱਕ ਛੱਡ ਕੇ ਆਊਂਗਾ। ਉਹ ਨੀਚੇ ਤੁਹਾਨੂੰ ਦਿਖਦਾ ਨਾ, ਉਹ ਜਿਹੜਾ ਪੁਲ ਜਿਹਾ ਬਣਿਆ ਹੋਇਆ, ਬਸ ਉਹ ਡੈਮ ਆ ਇੱਥੇ ਬਣੀ ਹੋਈ, ਬਸ ਉਹ ਟਰੈਕਿੰਗ ਦਾ ਐਂਡ ਹੀ ਆ। ਟਰੈਕਿੰਗ ਉੱਥੋਂ ਲਗਭਗ ਸਟਾਰਟ ਹੋਈ ਸੀਗੀ, ਥੋੜ੍ਹੀ ਜਿਹੀ ਅੱਗੇ, ਉੱਥੋਂ 10 ਕਿਲੋਮੀਟਰ ਅੱਗੇ ਟਰੈਕਿੰਗ ਸਟਾਰਟ ਹੋਈ। ਬਸ ਹੁਣ ਤਾਂ ਬਹੁਤ ਨਜ਼ਦੀਕ ਆ ਗਿਆ ਮੈਂ। ਆਲਦਾ ਦਾ ਵਿਊ ਚੈੱਕ ਕਰ ਲਓ, ਬਹੁਤ ਵੱਡੇ ਵੱਡੇ ਪਹਾੜੀਆਂ ਨੇ ਕਾਫੀ ਦੂਰ ਤੱਕ। ਪਹਿਲਾਂ ਮੈਂ ਜਾਂਦੇ ਹੋਏ ਉਹ ਰਸਤੋਂ ਦੀ ਗਿਆ ਸੀਗਾ, ਹੁਣ ਮੈਂ ਇੱਧਰ ਦੀ ਜਾ ਰਿਹਾ, ਉਹ ਲਾਸਟ 'ਤੇ ਜਾਣਾ। ਆਹ ਦੂਜਾ ਵੀ ਡੌਗ ਆ ਗਿਆ ਇੱਕ ਹੋਰ, ਚਲੋ ਚੱਲਦੇ ਹਾਂ। ਥੋੜ੍ਹਾ ਰਹਿ ਗਿਆ, 15 ਤੋਂ 20 ਮਿੰਟ ਦੇ ਵਿੱਚ ਮੈਂ ਕਵਰ ਕਰੂੰਗਾ ਸਾਰਾ। ਲਾਸਟ ਟਾਈਮ ਜਾਂਦੇ ਮੈਂ ਸਨੋਹ ਦਿਖਾਈ ਸੀ, ਉਹ ਪੁੱਲ ਜੈਵਟ ਲੱਕੜ ਦਾ ਬਣਿਆ ਸੀਗਾ, ਉੱਤੋਂ ਪਾਣੀ ਆਉਂਦਾ ਸੀਗਾ ਫਾਊਂਟੇਨ ਦਾ, ਉਹ ਸਾਹਮਣੇ ਸਾਈਡ ਨੂੰ ਆ, ਉੱਧਰ ਵੀ ਹੈਗਾ ਰਸਤਾ, ਪਰ ਜਿਹੜਾ ਸਿੰਗਲ ਟਰੈਕ ਆ ਇੱਧਰ ਕੋਈ ਕੋਈ ਆਉਂਦਾ। ਲਓ ਵੀ ਮਿੱਤਰੋ, 1 ਘੰਟਾ 55 ਮਿੰਟ ਹੋ ਗਿਆ, ਅਤੇ ਉਹ ਡੈਮ ਸਾਹਮਣੇ ਤੁਹਾਡੇ ਆ ਗਈ ਆ। ਸਹੀ 11 ਵਜੇ ਚੱਲਿਆ ਸੀਗਾ, 1:05 ਰਹਿੰਦੇ ਆ, 1 ਘੰਟਾ 55 ਮਿੰਟ 'ਚ ਇਸ ਤੱਕ ਮੈਂ ਆ ਗਿਆ। ਚੱਲ ਵੀ ਚੱਲ, ਬਾਕੀ ਆ 5 ਮਿੰਟ ਰਹਿ ਗਿਆ ਰਸਤਾ, ਉਹ ਸਾਹਮਣੇ ਟਾਈਮ। ਚੱਲ ਚੱਲ। ਲਓ ਜੀ, ਹੁਣ ਮੈਨੂੰ 3 ਗਾਈਡ ਮਿਲ ਗਏ ਟੋਟਲ, ਪਹਿਲਾਂ ਮੇਰੇ ਕੋਲ 1 ਸੀ, ਫਿਰ 2 ਹੋ ਗਈ, ਫਿਰ 3 ਹੋ ਗਈ। ਇਹਨੂੰ ਲੈ ਕੇ ਆਏ ਨੇ ਇੱਧਰੋਂ, ਨਵਾਂ ਰਸਤਾ ਸੀ ਮੇਰੇ ਲਈ, ਕਿਉਂਕਿ ਮੇਰੇ ਹੋਰ ਗਾਈਡ ਹੈ ਨਹੀਂ ਸੀ, ਗਾਈਡ ਰਹਿ ਗਿਆ ਦੂਜੇ ਬੰਦੇ ਨਾਲ। ਹੁਣ ਇੱਕ ਚੀਜ਼ ਮੈਂ ਇੰਪੋਰਟੈਂਟ ਦੱਸਣ ਲੱਗਿਆ, ਜਦੋਂ ਤੁਸੀਂ ਟਰੈਕਿੰਗ 'ਤੇ ਆਉਣਾ ਨਾ, ਤੁਹਾਡੇ ਲਈ ਕੀ ਸਮਾਨ ਹੋਣਾ ਚਾਹੀਦਾ। ਇੱਕ ਤਾਂ 2 ਜੋੜੇ ਬੂਟਾਂ ਦੇ ਹੋਣ, ਕਿਉਂਕਿ ਇੱਕ ਖਰਾਬ ਹੋ ਜਾਂਦਾ, ਉਹਨਾਂ 'ਚੋਂ ਇੱਕ ਹੋਵੇ ਜਿਹੜਾ ਉਹਦੇ ਵਧੀਆ ਗ੍ਰਿਪ ਹੋਣ। ਉਸ ਤੋਂ ਬਾਅਦ ਤੁਹਾਡੇ ਕੋਲ ਲਿਫਾਫੇ ਹੋਣ, ਕਿਉਂਕਿ ਪੈਰ ਗਿੱਲੇ ਹੋ ਜਾਂਦੇ ਕੈਂਪਿੰਗ ਦੇ ਉੱਪਰ, ਅਤੇ ਉਹ ਪੈਰਾਂ 'ਚ ਯੂਜ਼ ਕਰ ਸਕਦੇ ਹਾਂ ਆਪਾਂ। ਫਿਰ ਤੁਹਾਡੇ ਕੋਲ ਮੈਡੀਸਨ ਹੋਣੀ ਚਾਹੀਦੀ ਆ, ਫੇਸ ਮਾਸਕ ਹੋਣਾ ਚਾਹੀਦਾ, ਅੱਖਾਂ 'ਤੇ ਲਾਉਣ ਚਸ਼ਮੇ ਹੋਣੇ ਚਾਹੀਦੇ ਆ ਬਲੈਕ ਵਾਲੇ, ਤਾਂ ਕਿ ਜਿਹੜੀ ਬ੍ਰਾਈਟਨੈਸ ਜ਼ਿਆਦਾ ਆ ਗਈ ਬਰਫ਼ ਵਾਲੀ ਉਹ ਤੁਹਾਡੀ ਅੱਖਾਂ ਨਾ ਖਾਵੇ। ਉਸ ਤੋਂ ਬਾਅਦ ਤੁਹਾਡੇ ਕੋਲ ਐਨਰਜੀ ਲੈਵਲ ਵਧਾਉਣ ਦੇ ਲਈ ਗਲੂਕੋਜਨ ਹੋਣਾ ਚਾਹੀਦਾ, ਆਪਣਾ ਪਾਣੀ। ਪਾਣੀ ਚਲੋ ਨਹੀਂ ਹੈਗਾ ਆਪਣਾ, ਪਹਾੜਾਂ 'ਚ ਭਰ ਲਿਆ, ਪਰ ਇੱਕ ਐਨਰਜੀ ਵਾਸਤੇ ਗਲੂਕੋਜ਼ ਜ਼ਰੂਰ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਪਾਵਰ ਬੈਂਕ ਹੋਵੇ ਪਾਵਰ ਬੈਕਅਪ ਦੇ ਲਈ, ਕਿਉਂਕਿ ਫੋਨ ਤੁਹਾਡਾ ਡੈਡ ਹੋ ਜਾਂਦਾ, ਫੋਨ ਡੈਡ ਹੋ ਗਿਆ ਫਿਰ ਤਾਂ ਬਿਲਕੁਲ ਹੀ ਕੰਮ ਖਤਮ ਹੈ, ਔਖਾ ਹੋ ਜਾਂਦਾ ਤੁਹਾਡੇ ਲਈ ਟਰੈਕਿੰਗ ਕਰਨਾ। ਅਤੇ ਬਾਕੀ ਚੀਜ਼ਾਂ ਜਿਹੜੀਆਂ ਮੇਰੀ ਯਾਦ ਆ ਜਾਣਗੀਆਂ, ਇੱਕ ਹਾਂ ਇੱਕ ਰੇਨਕੋਟ, ਕਿਉਂਕਿ ਬਾਰਿਸ਼ ਹੋਣ ਲੱਗ ਜਾਂਦੀ ਰੇਨਕੋਟ, ਇੱਕ ਛੋਟੀ ਸਟਿੱਕ ਦੀ ਵੀ ਜ਼ਰੂਰਤ ਪੈਂਦੀ ਆ, ਜੋ ਵੀ ਹੈਗੀ ਤਾਂ ਚੰਗੀ ਗੱਲ ਹੈ, ਨਹੀਂ ਹੈਗੀ ਤਾਂ ਵੀ ਸਰ ਜਾਂਦਾ। ਲਓ ਮਿੱਤਰੋ, ਚੋਬਰ ਨੀਚੇ ਉਤਰ ਆਇਆ ਪੂਰੇ 2 ਘੰਟਿਆਂ ਦੇ ਵਿੱਚ,
ਸਰੀਰ ਹਜੇ ਪੂਰਾ ਬਰਕਰਾਰ, 90% ਬੈਟਰੀ ਹੈਲਥ ਪਈ ਆ ਮੇਰੀ, ਫੋਨ ਦੀ ਨਹੀਂ, ਫੋਨ ਦੀ ਤਾਂ ਗਈ। ਮੈਂ ਪੂਰਾ ਚੋਟੀ 'ਤੇ ਚੜ੍ਹ ਕੇ ਉੱਤਰ ਵੀ ਆਇਆ। ਲੈ ਵੀ ਚੋਪਰੋ ਚੈੱਕ ਕਰੋ ਵਿਊ, ਫਿਰ ਤੋਂ ਪੁਲ ਕ੍ਰੋਸ ਕੀਤਾ ਆਪਾਂ ਨੇ, ਲੋਹੇ ਦਾ ਪੁਲ ਹੈ ਅਤੇ ਵਿਊ ਬੜਾ ਘੈਂਟ ਹੈ ਇੱਧਰੋਂ ਆਉਂਦਾ ਪਾਣੀ, ਚਿਲਡ ਵਾਟਰ। ਠੰਡ ਜ਼ਿਆਦਾ ਹੋਣ ਕਰਕੇ ਮੈਂ ਨਹਾ ਨਹੀਂ ਸਕਦਾ, ਅਤੇ ਮੈਂ ਹੈ ਵੀ ਇਕੱਲਾ, ਮੇਰੀ ਵੀਡੀਓ ਕਿਸੇ ਨੇ ਨਹੀਂ ਬਣਾਉਣੀ, ਇਸ ਲਈ ਮੈਂ ਰਿਸਕ ਨਹੀਂ ਦਊਂਗਾ ਨਹਾਉਣ ਵਾਲਾ। ਲਓ ਮਿੱਤਰੋ, ਸੜਕ 'ਤੇ ਆ ਗਏ ਵਾਪਸ, ਟਰੈਕਿੰਗ ਵਾਲਾ ਰਸਤਾ ਹੋ ਗਿਆ ਕੰਪਲੀਟ ਆਪਣਾ, ਅਤੇ ਹੋਪ ਮੇਰੇ ਦੋਸਤ ਵੀ ਆ ਗਏ ਹੁਣ, ਅਤੇ ਜਲਦੀ ਮਿਲੀ ਉਹਨਾਂ ਨੂੰ, ਪਰਲੇ ਪਾਸੋਂ ਨਹੀਂ ਆਉਣਾ ਸੀ ਉਹਨਾਂ ਨੇ। ਨਹੀਂ ਫਿਰ ਜਾ ਕੇ ਇੰਤਜ਼ਾਰ ਕਰਾਂਗੇ, ਫੋਨ ਚਾਰਜ ਕਰਾਂਗੇ, ਆਪਣੇ ਆਪ ਨੂੰ ਵੀ ਚਾਰਜ ਕਰਾਂਗੇ ਕੁਝ ਖਾ ਪੀ ਕੇ। ਲਓ ਮਿੱਤਰੋ, ਨੀਚੇ ਪਹੁੰਚ ਗਏ ਹਾਂ, ਓਵਰਆਲ ਸਾਰੀ ਟਰੈਕਿੰਗ ਕੰਪਲੀਟ ਹੋ ਚੁੱਕੀ ਹੈ, ਨੀਚੇ ਹੈਗੀ ਆਪਣੀ ਗੱਡੀ ਖੜ੍ਹੀ ਆ, ਉਸ ਤੋਂ ਬਾਅਦ ਗੱਡੀ ਜਾਵਾਂਗੇ, ਬੈਠਾਂਗੇ, ਰੈਸਟ ਕਰਾਂਗੇ, ਜੇ ਜ਼ਰੂਰਤ ਪਈ ਤਾਂ ਕੱਪੜੇ ਵੀ ਚੇਂਜ ਕਰਾਂਗੇ। ਵੈਸੇ ਓਵਰਆਲ ਪਹੁੰਚ ਗਿਆ ਮੈਂ ਨੀਚੇ, ਦੇਖਦੇ ਹਾਂ ਗਦੇ ਵਿਚਾਰੇ ਸਮਾਨ ਢਾਉਂਦੇ, ਇੱਦਾਂ ਗਦੇ ਵੀ ਸਮਾਨ ਜਾਂਦਾ ਉੱਧਰ ਜਾਂਦਾ। ਲਓ ਵੀ ਮਿੱਤਰੋ, ਆਪਾਂ ਪਹੁੰਚ ਗਏ ਹਾਂ, ਸਭ ਤੋਂ ਪਹਿਲਾਂ ਸਾਡੇ ਉਸਤਾਦ ਜੀ ਬਾਈ ਡਰਾਈਵਰ ਪਹਿਲਾਂ ਬੈਠੇ ਸੀਗੇ, ਇਹਨਾਂ ਤੋਂ ਪੁੱਛ ਲਿਆ ਵੀ ਕੋਈ ਆਇਆ ਤਾਂ ਨਹੀਂ, ਇਹ ਕਹਿੰਦੇ ਕੋਈ ਨਹੀਂ ਆਇਆ, ਆਪਾਂ ਝੰਡੀ ਲੈ ਲਈ ਆ, ਆਪਾਂ ਗੱਡੀ ਲਿਆ ਕੇ ਝੰਡੀ, ਹਜੇ ਉਹਨਾਂ ਦਾ ਕੋਈ ਭਰੋਸਾ ਨਹੀਂ, ਘੰਟਾ ਰਹੋ, ਡੇਢ ਘੰਟਾ ਰਹੋ। ਵੈਰੀ ਗੁੱਡ ਬਾਈ, ਪਹਿਲਾਂ ਆਇਆ ਸਾਰਿਆਂ ਤੋਂ ਸ਼ੇਰ ਬੱਗਾ ਮੇਰਾ, ਦੇਖ ਲਾ ਮੈਂ ਰੁਕਿਆ ਨਹੀਂ, ਮੈਂ ਤੁਹਾਨੂੰ ਕਹਿੰਦਾ ਆਇਆ ਵੀ ਭਾਈ ਆਪਾਂ ਲੀਰਾਂ ਖਿਲਾਰ ਦੇਣੇ ਨੇ, ਬਾਕੀ ਸੱਚੀ ਲੀਰਾਂ ਖਿਲਰ ਗਈਆਂ ਉਹਨਾਂ ਦੀਆਂ, ਦਵਿਆ ਨਹੀਂ ਮੈਂ, 90% ਬੈਟਰੀ ਹਲੇ ਪਈ ਆ ਮੇਰੀ, ਫੋਨ ਦੀ ਤਾਂ ਲੋਅ ਹੋ ਗਈ ਆ, ਫੋਨ ਲਾਉਂਦੇ ਆਪਾਂ ਚਾਰਜ, ਬਾਕੀ ਜਦੋਂ ਆਉਂਦੇ ਆ ਅਪਡੇਟ ਦੇਵਾਂਗੇ, ਦੇਖਾਂਗੇ ਕੀ ਕਹਿੰਦੇ ਆ, ਠੀਕ ਆ। ਮੈਨੂੰ ਪਤਾ ਅੰਦਰੋਂ ਤਾਂ ਫੜ ਚੁੱਕੇ ਆ ਉਹ, ਪਰ ਬਾਹਰੋਂ ਚਿਹਰਿਆਂ 'ਤੇ ਸਮਾਈਲ ਹੋਣੀ ਆ, ਕੈਮਰੇ ਮੂਰੇ ਉਹਨਾਂ ਨੇ, ਦੇਖਣਾ ਕੀ ਕਹਿੰਦੇ ਆ, ਚਲੋ ਮਿਲਦੇ ਹੁਣ। ਲਓ ਵੀ ਮਿੱਤਰੋ, ਅੱਧਾ ਘੰਟਾ ਹੋ ਗਿਆ ਵੇਟ ਕਰਦੇ ਨੂੰ, ਹਜੇ ਤੱਕ ਤਾਂ ਆਏ ਨਹੀਂ ਬੰਦੇ, ਅਤੇ ਫਿਰ ਮੈਂ ਆਪਦਾ ਫੋਨ ਚਾਰਜ ਕਰਨਾ ਸੀਗਾ ਤਾਂ ਕਰਕੇ ਮੈਨੂੰ ਅੱਗੇ ਆਉਣਾ ਪੈ ਗਿਆ, ਹੁਣ ਇੱਥੇ ਬੈਠ ਕੇ ਜਿੱਥੇ ਅਸੀਂ ਸਟਾਰਟ ਕੀਤਾ ਸੀਗਾ ਉੱਥੇ ਫੋਨ ਚਾਰਜ ਕਰਾਂਗੇ, ਫਿਰ ਦੇਖਦੇ ਉਹਨਾਂ ਦੀ ਵੇਟ ਕਰਦੇ ਹਾਂ, ਜਦੋਂ ਵੀ ਆਉਂਦੇ ਆ ਉਸ ਹਿਸਾਬ ਨਾਲ ਚੱਲਾਂਗੇ। ਲਓ ਵੀ ਮਿੱਤਰੋ, ਬਲੌਗਿੰਗ ਵਾਲਾ ਸਿਲਸਿਲਾ ਚਾਲੂ ਆ, ਕਿਉਂਕਿ ਬੰਦੇ ਸਾਡੇ ਹਜੇ ਤੱਕ ਨਹੀਂ ਪਹੁੰਚੇ ਪੂਰਾ, ਮੈਂ ਇੱਥੇ 1 ਵਜੇ ਪਹੁੰਚ ਗਿਆ ਸੀਗਾ, ਹੁਣ ਵੱਜ ਗਏ ਆ 2:30, ਆਪਾਂ ਨੇ 2:30 ਵੀ ਕਹਿੰਦੇ ਆ, ਡੇਢ ਘੰਟਾ ਹੋ ਗਿਆ ਮੈਨੂੰ ਪਹੁੰਚਣ ਨੂੰ, ਹਜੇ ਤੱਕ ਬੰਦੇ ਆਏ ਨਹੀਂ। ਲਓ ਵੀ ਮਿੱਤਰੋ, ਸਾਡੇ ਬੰਦੇ ਆਲਮੋਸਟ ਸਾਰੇ ਪਹੁੰਚ ਗਏ ਹੈਗੇ, ਅਤੇ ਲੀਰਾਂ ਇਹਨਾਂ ਦੀਆਂ ਖਿਲਰ ਗਈਆਂ ਦੇਖ ਸਕਦੇ ਹੋ, ਆਹ ਪੈ ਪੈਰ ਪੂਰਾਂ ਦੇ ਕੱਢ ਲਏ ਬੂਟ ਇਹਨਾਂ ਨੇ, ਬਾਕੀ ਆਏ ਲੇਟ ਕਾਹਤੋਂ ਤੁਸੀਂ ਦੱਸੋ? ਲੇਟ ਤਾਂ ਬਸ ਐਵੇਂ ਹੀ ਹੋ ਗਏ, ਅਪਡੇਟ ਮੈਂ ਦਿੰਦਾ ਰਿਹਾ, ਮੇਰੇ ਕੱਪੜੇ ਚੇਂਜ ਕਰ ਲਏ, ਰੈਸਟ ਕਰ ਲਈ, ਫੋਨ ਚਾਰਜ ਕਰ ਲਿਆ, ਕਾਫੀ ਕੁਝ ਕਰ ਲਿਆ। ਬਾਕੀ ਕਿੰਨੇ ਰਹਿ ਗਏ ਬੰਦੇ? ਬਸ 2 ਬੰਦੇ, ਇੱਕ ਕਿਹੜਾ? ਬਸ 2 ਬੰਦੇ ਰਹਿ ਗਏ ਸਾਡੇ।